ਹਾਂਜੀ ਭੈਣ ਭਾਈ, ਸਤਿ ਸ਼੍ਰੀ ਅਕਾਲ ਜੀ। ਪੰਜਾਬ ਦੀ ਹਰ ਇੱਕ ਖਬਰ ਨੂੰ ਨਿਰਪੱਖ ਤਰੀਕੇ ਨਾਲ ਜਾਣਨ ਲਈ ਸੱਚਾ ਸੁਨੇਹਾ ਚੈਨਲ ਸਬਸਕ੍ਰਾਈਬ ਕਰੋ ਜੀ। ਸਾਰੀਆਂ ਖਬਰਾਂ ਸੱਚੀਆਂ ਹੁੰਦੀਆਂ ਇੱਥੇ। ਸੋ ਮੇਰਾ ਲਾਈਵ ਹੋਣ ਦਾ ਇੱਕ ਰੀਜ਼ਨ ਆ, ਤੁਸੀਂ ਬਹੁਤ ਸਾਰੇ ਮੈਨੂੰ ਮੈਸੇਜਸ ਕਰ ਰਹੇ ਹੋ। ਸੋ ਮੈਨੂੰ ਡਾਇਰੈਕਟ ਪੁੱਛ ਲਓ ਤਾਂ ਜ਼ਿਆਦਾ ਵਧੀਆ ਰਹੂਗਾ। ਤੁਸੀਂ ਕੀ ਪੁੱਛਣਾ ਚਾਹੁੰਦੇ ਹੋ, ਤੁਹਾਨੂੰ ਕੀ ਮੈਸੇਜਸ ਜਿਹੜੇ ਤੁਸੀਂ ਭੇਜ ਰਹੇ ਹੋ, ਕਿਹੜੀ ਚੀਜ਼ਾਂ ਦਾ ਜਵਾਬ ਚਾਹੁੰਦੇ ਹੋ, ਇੱਥੇ ਮੈਨੂੰ ਸਿੱਧਾ ਸਿੱਧਾ ਪੁੱਛ ਲਓ, ਮੈਂ ਇੱਥੇ ਜਵਾਬ ਦੇ ਦੂੰਗੀ। ਇਕੱਲੇ ਇਕੱਲੇ ਮੈਸੇਜ ਦਾ ਜਵਾਬ ਦੇਣਾ ਮੈਨੂੰ ਲੱਗਦਾ ਔਖਾ ਕੰਮ ਆ। ਲਾਈਵ ਸਾਰੇ ਜਣੇ ਈਜ਼ੀਲੀ ਦੇਖ ਸਕਦੇ ਆ, ਸਾਰੇ ਜਣੇ ਸੁਣ ਸਕਦੇ ਆ। ਸੋ ਇੱਥੇ ਕੋਈ ਐਡੀਟਿੰਗ ਵੀ ਨਹੀਂ ਹੋਣੀ, ਤੁਸੀਂ ਸਿੱਧੇ ਸਿੱਧੇ ਸਵਾਲ ਪੁੱਛੋਗੇ, ਤੁਹਾਨੂੰ ਸਿੱਧੇ ਸਿੱਧੇ ਜਵਾਬ ਮਿਲ ਜਾਣਗੇ। ਹੈਲੋ ਜੀ, ਇਕਨੂਰ ਸਿੰਘ, ਥੈਂਕ ਯੂ ਸੋ ਮੱਚ। ਹੁਣ ਨੈੱਟ ਠੀਕ ਆ, ਆਈ ਥਿੰਕ ਪਹਿਲਾਂ ਪ੍ਰੋਬਲਮ ਆ ਰਹੀ ਸੀਗੀ। ਥੈਂਕ ਯੂ ਸੋ ਮੱਚ ਰੰਮੂ। ਰੁਚਿਕਾ, ਹੈਪੀ ਬਰਥਡੇ। ਭੁੱਲਰ ਜਗਵੀਰ, ਦਲਪ੍ਰੀਤ ਢਿੱਲੋਂ ਬਾਰੇ ਕੀ ਵਿਚਾਰ ਆ? ਪਹਿਲੀ ਗੱਲ ਤਾਂ ਇਹ, ਜਿਹੜੇ ਤੁਸੀਂ ਸਾਰੇ ਜਣੇ ਇੱਥੇ ਸਵਾਦ ਲੈਣ ਨੂੰ ਬੈਠੇ ਹੁੰਦੇ ਹੋ ਨਾ, ਉਹਨਾਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ, ਕਿਸੇ ਦੇ ਘਰ ਦਾ ਮਸਲਾ ਆ ਉਹਨੂੰ ਇੰਨਾ ਜ਼ਿਆਦਾ ਨਾ ਉਛਾਲਿਆ ਕਰੋ। ਜਦੋਂ ਚੀਜ਼ਾਂ ਆਪਦੇ ਘਰ ਹੁੰਦੀਆਂ ਨਾ, ਪਤਾ ਤਾਂ ਬੰਦੇ ਨੂੰ ਉਦੋਂ ਲੱਗਦਾ ਹੁੰਦਾ। ਬਹੁਤ ਸੌਖਾ ਹੁੰਦਾ ਕਿਸੇ ਦੇ ਉੱਤੇ ਉਂਗਲ ਚੱਕਣੀ ਕਿ ਇੱਦਾਂ ਉੱਦਾਂ ਫਲਾਂ ਟਮਕਾਉਣਾ, ਯੇ ਵੋ। ਆਈ ਨੋ ਮੈਂ ਹਮੇਸ਼ਾ ਸਹੀ ਨੂੰ ਸਪੋਰਟ ਕਰਦੀ ਹਾਂ ਅਤੇ ਅੱਜ ਵੀ ਮੈਂ ਸਹੀ ਨੂੰ ਹੀ ਸਪੋਰਟ ਕਰ ਰਹੀ ਹਾਂ। ਬਟ ਦ ਥਿੰਗ ਇਜ਼, ਮੈਂ ਦਲਪ੍ਰੀਤ ਵੀਰੇ ਨਾਲ ਕੰਮ ਕੀਤਾ, ਰਾਈਟ? ਮੈਨੂੰ ਪਤਾ, ਅਸੀਂ 3 ਗਾਣੇ ਸ਼ੂਟ ਕੀਤੇ। ਯਾ, ਨੈਟਵਰਕ ਪ੍ਰੋਬਲਮ ਆ ਜੀ। ਸਾਰੀਆਂ ਕੁੜੀਆਂ ਨੂੰ ਪਤਾ ਹੀ ਹੋਊਗਾ, ਹਮੇਸ਼ਾ ਇੱਕ ਇਨਸਾਨ ਜਿਹੜਾ ਹੁੰਦਾ ਨਾ, ਉਹ ਹਮੇਸ਼ਾ ਹਰ ਇੱਕ ਲਈ ਵਧੀਆ ਨਹੀਂ ਹੁੰਦਾ ਅਤੇ ਹਰ ਇੱਕ ਲਈ ਮਾੜਾ ਨਹੀਂ ਹੁੰਦਾ, ਠੀਕ ਆ? ਆਈ ਨੋ ਉਹਨਾਂ ਦੀਆਂ ਡੈਫੀਨੇਟਲੀ ਗਲਤੀਆਂ ਹੈਗੀਆਂ, ਜੋ ਉਹਨਾਂ ਨੇ ਕੀਤਾ ਗਲਤ ਆ, ਅਤੇ ਸ਼ਾਇਦ ਜੇ ਮੈਂ ਵੀ ਉੱਥੇ ਹੁੰਦੀ ਅੰਬਰ ਭਾਬੀ ਦੀ ਜਗ੍ਹਾ 'ਤੇ, ਠੀਕ ਆ, ਤਾਂ ਮੇਰਾ ਰਿਐਕਸ਼ਨ ਵੀ ਸੇਮ ਹੀ ਹੋਣਾ ਸੀ। ਬਟ ਜਿਹੜੇ ਲੋਕ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਬਹਿ ਕੇ ਇੱਥੇ ਸਵਾਦ ਲੈ ਰਹੇ ਹਾਂ ਜਾਂ ਇਹ ਪਾ ਰਹੇ ਹਾਂ ਨਾ ਕਿ ਕੱਲ੍ਹ ਮੈਂ ਕੌਰ ਮੂਵਮੈਂਟ ਨੂੰ ਟੈਗ ਕੀਤਾ ਸੀਗਾ, ਅਸੀਂ ਬਾਣੀ ਸੰਧੂ ਨਹੀਂ ਹੈਗੇ ਜੀ ਜਿਹੜੇ ਡਰ ਜਾਂਗੇ, ਪਹਿਲੀ ਗੱਲ ਤਾਂ ਇਹ, ਮੈਂ ਕਿਸੇ ਤੋਂ ਡਰਦੀ ਨਹੀਂ ਹੈਗੀ। ਮੇਰੀ ਮੈਨੇਜਮੈਂਟ ਮੇਰਾ ਪੇਜ ਚਲਾਉਂਦੀ ਆ, ਉਹਨਾਂ ਨੂੰ ਔਨ ਦੀ ਸਪੋਟ ਜੋ ਵਧੀਆ ਲੱਗਾ ਉਹਨਾਂ ਨੇ ਕਰਤਾ। ਮੈਂ ਪੋਸਟ ਕੀਤਾ, ਉਹਨਾਂ ਨੂੰ ਡਿਲੀਟ ਕਰਨੀਆਂ ਸੀ, ਉਹਨਾਂ ਨੇ ਕਰਤੀਆਂ। ਮੇਰਾ ਸਨੈਪਚੈਟ, ਮੇਰਾ ਇੰਸਟਾਗ੍ਰਾਮ ਮੇਰੀ ਮੈਨੇਜਮੈਂਟ ਕੋਲ ਵੀ ਚੱਲਦਾ ਅਤੇ ਮੇਰੇ ਬ੍ਰਦਰ ਕੋਲ ਵੀ ਚੱਲਦਾ, ਠੀਕ ਆ? ਉਹਨਾਂ ਨੇ ਕਰਤਾ, ਨਾ ਮੈਨੂੰ ਕਿਸੇ ਦਾ ਐਡਾ ਉਹ ਡਰ ਆ ਵੀ ਥਰੈਟ ਥਰੁੱਟ ਵਾਲਾ ਹਿਸਾਬ ਕਿਤਾਬ ਆ ਮੇਰਾ। ਮੇਰਾ ਸਿੱਧਾ ਆ, ਮੈਨੂੰ ਜਿਹੜੀ ਚੀਜ਼ ਠੀਕ ਲੱਗੂਗੀ ਮੈਂ ਉਹੀ ਕਰੂੰਗੀ। ਰੈਸਟ ਆਫ ਦੀ ਥਿੰਗਸ ਆਰ, ਮੈਂ ਕੌਰ ਮੂਵਮੈਂਟ ਦਾ ਦੇਖਿਆ, ਮੈਂ ਡੈਫੀਨੇਟਲੀ ਉਹਨਾਂ ਨੂੰ ਸਪੋਰਟ ਕਰ ਰਹੀ ਹਾਂ ਅਤੇ ਅੱਜ ਵੀ ਕਰ ਰਹੀ ਹਾਂ, ਠੀਕ ਆ? ਜਿਹੜੀ ਚੀਜ਼ ਸਹੀ ਆ ਉਹ ਸਹੀ ਆ। ਬਟ ਜਦੋਂ ਮੈਂ ਉਹਨਾਂ ਦੀਆਂ ਪੋਸਟਾਂ ਜਾ ਕੇ ਦੇਖੀਆਂ ਨਾ, ਮੈਂ ਉੱਥੇ ਇੱਕ ਚੀਜ਼ ਰਿਅਲਾਈਜ਼ ਕੀਤੀ ਕਿ ਉੱਥੇ ਸਿੰਗਰ ਹੀ ਕਿਉਂ ਹਾਈਲਾਈਟ ਹੋ ਰਿਹਾ ਯਾਰ, ਮੈਂ ਵੀ ਇੱਕ ਕੁੜੀ ਹਾਂ ਨਾ, ਮੇਰਾ ਵੀ ਕੁਛ ਪਾਸਟ ਰਿਹਾ, ਹੋਰ ਬੜੀਆਂ ਕੁੜੀਆਂ ਇੱਥੇ ਬੜਾ ਪਾਸਟ ਰਿਹਾ। ਚਲੋ ਆਮ ਕੁੜੀਆਂ ਅੱਗੇ ਆ ਰਹੀਆਂ ਕਿ ਆਰਟਿਸਟ ਇੱਦਾਂ ਕਰਦੇ, ਆਰਟਿਸਟ ਉੱਦਾਂ ਕਰਦੇ, ਯਾਰ ਮੈਂ ਇੱਕ ਕੁੜੀ ਹਾਂ, ਚਲੋ ਮੈਂ ਅੱਜ ਇੱਥੇ ਰਿਵੀਲ ਕਰ ਰਹੀ ਹਾਂ, ਮੇਰੇ ਨਾਲ ਵੀ ਇੱਕ ਪੁਆਇੰਟ ਦੇ ਉੱਤੇ ਆ ਕੇ ਇੱਦਾਂ ਦੀ ਚੀਜ਼ ਕਿਤੇ ਨਾ ਕਿਤੇ ਹੋਈ ਹੋ ਸਕਦੀ ਆ, ਹੋਈ ਹੋ ਸਕਦੀ ਕਿ ਹੋਈ ਹੋਈ ਆ, ਠੀਕ ਆ? ਬਟ ਦ ਥਿੰਗ ਇਜ਼ ਕਿ ਅਸੀਂ ਚੁੱਪ ਹੋ ਗਈ ਹਾਂ, ਉਹ ਗੱਲ ਵੱਖਰੀ ਆ। ਦੈਟ ਡਜ਼ਨਟ ਮੀਨ ਕਿ ਇੱਕ ਆਮ ਬੰਦਾ ਜਿਹੜਾ ਉਹ ਗਲਤੀਆਂ ਨਹੀਂ ਕਰਦਾ, ਇੱਕ ਆਰਟਿਸਟ ਹੀ ਕਰਦਾ, ਜਾਂ ਤੁਸੀਂ ਇੱਕ ਆਰਟਿਸਟ ਨੂੰ ਹੀ ਹਮੇਸ਼ਾ ਹਾਈਲਾਈਟ ਕਰ ਲੈਂਦੇ ਹੋ। ਯਾਰ ਕਿਸੇ ਦੇ ਘਰ ਨੂੰ ਤੋੜਨਾ ਇਜ਼ ਨੋਟ ਅ ਗੁੱਡ ਥਿੰਗ। ਮੈਨੂੰ ਉਹ ਚੀਜ਼ ਦਾ ਹੈਗਾ ਆ, ਉਹ ਚੀਜ਼ ਦਾ ਦੁੱਖ ਆ ਕਿ ਕੁੜੀਆਂ ਨਾਲ ਗਲਤ ਹੋਇਆ, ਜੇ ਮੇਰੇ ਨਾਲ ਹੋਇਆ ਹੁੰਦਾ ਤਾਂ ਸ਼ਾਇਦ ਮੈਨੂੰ ਤਾਂ ਪਤਾ ਲੱਗਦਾ, ਤੁਸੀਂ ਲੋਕ ਇੱਦਾਂ ਹੀ ਬੋਲੋਗੇ, ਠੀਕ ਆ? ਦੁੱਖ ਹੈਗਾ, ਬਟ ਯਾਰ ਹਰ ਜਗ੍ਹਾ 'ਤੇ ਮੁੰਡੇ ਗਲਤ ਨਹੀਂ ਹੁੰਦੇ, ਹਰ ਜਗ੍ਹਾ 'ਤੇ ਕੁੜੀਆਂ ਗਲਤ ਨਹੀਂ ਹੁੰਦੀਆਂ।
ਆਈ ਨੋ ਦਲਪ੍ਰੀਤ ਵੀਰੇ ਦੀ ਗਲਤੀ ਹੈਗੀ ਆ, ਉਹ ਹੈਗੀ ਆ, ਵੀਰਾ ਖੁਦ ਕਨਫੈਸ ਕਰ ਰਿਹਾ, ਮੰਨਦਾ ਜਾਂ ਤਾਂ ਹੋਵੇ ਨਾ, ਜਿਹੜੇ ਬੰਦੇ ਦੀ ਗਲਤੀ ਆ ਗਲਤੀ ਮੰਨਦਾ ਹੀ ਨਹੀਂ ਆ, ਅਤੇ ਯਾਰ ਜਿਹੜਾ ਬੰਦਾ ਮੰਨ ਨਹੀਂ ਰਿਹਾ ਆ ਗਲਤੀ, ਫਿਰ ਆਪਾਂ ਹਮੇਸ਼ਾ ਆਰਟਿਸਟ ਨੂੰ ਹੀ ਕਿਉਂ ਹਾਈਲਾਈਟ ਕਰਦੇ ਹਾਂ? ਆਮ ਬੰਦਾ ਵੀ ਬਹੁਤ ਗਲਤੀਆਂ ਕਰਦਾ। ਕੋਰ ਮੂਵਮੈਂਟ ਨੂੰ ਮੈਂ ਇਹੀ ਚੀਜ਼ ਕਹੂੰਗੀ ਕਿ ਟਰਾਈ ਕਰੋ ਕਿ ਯਾਰ ਠੀਕ ਆ, ਜਿਹੜੀਆਂ ਕੁੜੀਆਂ ਨਾਲ ਗਲਤ ਹੋਇਆ ਮੈਂ ਵੀ ਉਹਨਾਂ ਦੇ ਨਾਲ ਹਾਂ, ਤੁਸੀਂ ਵੀ ਉਹਨਾਂ ਦੇ ਨਾਲ ਹੋ, ਆਈ ਅਗਰੀ। ਜੇ ਕਿਸੇ ਦਾ ਘਰ ਜੁੜਦਾ ਜ਼ਿਆਦਾ ਵਧੀਆ ਨਹੀਂ ਹੈਗਾ ਕਿ ਆਪਾਂ ਉਹਨਾਂ ਦੇ ਘਰ ਨੂੰ ਜੋੜਨ ਦੀ ਕੋਸ਼ਿਸ਼ ਕਰੀਏ ਬਜਾਏ ਤੋੜਨ ਦੀ? ਇੱਕ ਆਰਟਿਸਟ ਹੀ ਆ, ਇੱਦਾਂ ਦੀਆਂ ਗਲਤੀਆਂ ਕਰਦੇ, ਆਮ ਬੰਦਾ ਨਹੀਂ ਕਰਦਾ। ਇਨਸਾਨ ਚਲੋ ਗਲਤੀਆਂ ਦਾ ਪੁਤਲਾ ਹੈਗਾ ਆ, ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਯਾਰ, ਗਲਤੀ ਕਿਸੇ ਤੋਂ ਵੀ ਹੋ ਸਕਦੀ ਆ। ਮੈਂ ਇਹ ਨਹੀਂ ਕਹਿ ਰਹੀ ਮੈਂ ਦਲਪ੍ਰੀਤ ਵੀਰੇ ਦੀ ਸਪੋਰਟ ਕਰ ਰਹੀ ਹਾਂ ਇੰਡਸਟਰੀ ਕਰਕੇ, ਜਾਂ ਮੈਨੂੰ ਕੋਈ ਡਰ ਆ, ਜਾਂ ਮੈਂ ਅੰਬਰ ਭਾਬੀ ਦੀ ਸਪੋਰਟ ਨਹੀਂ ਕਰ ਰਹੀ, ਮੈਂ ਬਿਲਕੁਲ ਉਹਨਾਂ ਦੀ ਸਪੋਰਟ 'ਚ ਹਾਂ। ਮੇਰੀ ਹੁਣ ਤੱਕ ਮਤਲਬ ਇਹ ਇੰਸੀਡੈਂਟ ਤੋਂ ਬਾਅਦ ਦਲਪ੍ਰੀਤ ਵੀਰੇ ਨਾਲ ਗੱਲ ਨਹੀਂ ਹੋਈ, ਅੰਬਰ ਭਾਬੀ ਨਾਲ ਹੋਈ ਆ। ਮੈਂ ਉਹਨਾਂ ਦੀ ਸਪੋਰਟ ਦੇ ਵਿੱਚ ਹੈਗੀ ਹਾਂ ਕਿ ਉਹਨਾਂ ਨਾਲ ਉਹ ਚੀਜ਼ ਗਲਤ ਹੋਈ ਆ, ਮੈਂ ਮੰਨਦੀ ਹਾਂ ਉਸ ਚੀਜ਼ ਨੂੰ, ਬਟ ਯਾਰ ਅਸੀਂ ਵੀ ਉਹਨਾਂ ਦੇ ਨਾਲ ਕੰਮ ਕੀਤਾ। ਸਾਰੇ ਮੈਨੂੰ ਬੋਲ ਰਹੇ ਤੁਸੀਂ ਉਹ ਦਲਪ੍ਰੀਤ ਨੂੰ ਕਿਉਂ ਨਹੀਂ ਅਗੇਂਸਟ ਜਾ ਰਹੇ, ਹੈ ਨਾ, ਉਹਦੇ ਲਈ ਤੁਸੀਂ ਕਿਉਂ ਨਹੀਂ ਕੁਛ ਬੋਲ ਰਹੇ? ਯਾਰ ਮੇਰੇ ਨਾਲ ਬਹੁਤ ਵਧੀਆ ਰਿਹਾ ਵੀਰਾ, ਮੈਂ ਜਿੰਨਾ ਕੰਮ ਕੀਤਾ ਮੈਨੂੰ ਕਦੇ ਉਹਨਾਂ ਨੇ ਭੈਣ ਤੋਂ ਬਿਨਾਂ ਗੱਲ ਨਹੀਂ ਕੀਤੀ ਅੱਜ ਤੱਕ। ਮੇਰੀ ਫੈਮਿਲੀ ਦੇ ਨਾਲ ਇੰਨਾ ਵਧੀਆ, ਮੇਰਾ ਬ੍ਰਦਰ ਹੁੰਦਾ ਆ ਸਾਰੇ ਸ਼ੂਟਸ ਦੇ ਉੱਤੇ, ਉਹਦੇ ਨਾਲ ਇੰਨਾ ਵਧੀਆ, ਭਾਬੀ ਲਈ ਹਮੇਸ਼ਾ ਇੰਨਾ ਕੁ ਪੋਜ਼ਿਟਿਵ ਰਿਹਾ। ਅਸੀਂ ਕਹਿਣਾ ਵੀਰੇ ਸ਼ੂਟ ਦਾ ਥੋੜ੍ਹਾ ਜਿਹਾ ਹੋਰ ਟਾਈਮ ਵਧਾ ਲਈਏ, ਆਪਾਂ ਨਿਬੇੜ ਲਈਏ, ਨਹੀਂ ਨਹੀਂ ਤੁਹਾਡੀ ਭਾਬੀ ਵੇਟ ਕਰਦੀ ਆ, ਭਾਬੀ ਦਾ ਫੋਨ ਆਇਆ, ਵਧੀਆ ਠੀਕ ਆ ਯਾਰ, ਉਹਨਾਂ ਤੋਂ ਗਲਤੀ ਹੋਈ ਮੈਂ ਮੰਨਦੀ ਹਾਂ। ਸੋ ਮੇਰੀ ਹੱਥ ਬੰਨ ਕੇ ਸਾਰਿਆਂ ਨੂੰ ਬੇਨਤੀ ਆ, ਜਿਹੜੇ ਬਿਨਾਂ ਵਜ੍ਹਾ ਤੋਂ ਮੈਨੂੰ ਵੀ ਵਿੱਚ ਇਨਵੋਲਵ ਕਰ ਰਹੇ ਹੋ ਅਤੇ ਬੇਫਜ਼ੂਲ ਦੇ ਵਿੱਚ ਨਾਮ ਜੋੜੀ ਜਾਂਦੇ ਹੋ, ਯਾਰ ਸਭ ਦੇ ਘਰ ਧੀਆਂ ਪੈਣਾ ਹੁੰਦੀਆਂ, ਉਹਨਾਂ ਦਾ ਇਸ਼ੂ ਆ। ਮੈਂ ਇਸ ਕਰਕੇ ਨਹੀਂ ਕੁਛ ਬੋਲ ਰਹੀ ਸੀ ਇੱਥੇ ਕਿ ਯਾਰ ਉਹਨਾਂ ਦੇ ਘਰ ਦਾ ਇਸ਼ੂ ਆ, ਲੈਟ ਦੈਮ ਡੂ, ਜੋ ਉਹਨਾਂ ਨੇ ਕਰਨਾ ਉਹਨਾਂ ਨੂੰ ਕਰਨ ਦਿਉ, ਚੰਗਾ ਮਾੜਾ ਅਸੀਂ ਉਸ ਚੀਜ਼ ਨੂੰ ਐਵੇਂ ਕਿਉਂ ਉਛਾਲੀਏ? ਉਹ ਵੀ ਇੱਕ ਕੁੜੀ ਆ ਯਾਰ, ਅੰਬਰ ਇੱਕ ਕੁੜੀ ਆ, ਰਾਈਟ? ਕੱਲ੍ਹ ਨੂੰ ਉਹਨਾਂ ਦਾ ਇਸ਼ੂ ਕੀ ਰਿਜ਼ੋਲਵ ਹੋ ਕੇ ਕਿੱਥੇ ਬਣਦਾ ਕੀ ਨਹੀਂ ਬਣਦਾ ਆਪਾਂ ਨੂੰ ਕੀ ਪਤਾ, ਆਪਾਂ ਐਵੇਂ ਸਵਾਦ ਲੀਜੀਏ ਵਿੱਚੋਂ, ਅਤੇ ਤੁਸੀਂ ਮੈਨੂੰ ਐਵੇਂ ਬੇਫਜ਼ੂਲ ਦੇ ਵਿੱਚ ਗਾਲਾਂ ਕੱਢੀ ਜਾਂਦੇ ਹੋ, ਕਿਸੇ ਗੱਲ ਦਾ ਪਤਾ ਨਹੀਂ ਸਤਾ ਨਹੀਂ, ਜਿੱਧਰੋਂ ਜਿਹਦਾ ਜੀ ਕਰਦਾ ਮੂੰਹ 'ਚ ਜੋ ਆਉਂਦਾ ਬੋਲੀ ਜਾਂਦਾ ਬੋਲੀ ਜਾਂਦਾ। ਅਤੇ ਜਿਹੜੇ ਆ ਫੇਸਬੁੱਕ 'ਤੇ ਪਾ ਰਹੇ ਅਸੀਂ ਬਾਣੀ ਸੰਧੂ ਨਹੀਂ ਹੈਗੇ ਜਿਹੜੇ ਅਸੀਂ ਡਰ ਜਾਂਗੇ, ਭੈਣੋ ਮੇਰੀ ਉਹ ਮੈਂ ਵੀ ਡਰਦੀ ਨਹੀਂ ਹੈਗੀ, ਗੱਲ ਸਿਰਫ ਇੱਥੇ ਨਿਬੜਦੀ ਆ। ਮੈਂ ਹਮੇਸ਼ਾ ਘਰ ਨੂੰ ਜੋੜ ਕੇ ਖੁਸ਼ ਹਾਂ, ਨਾ ਕਿ ਚੀਜ਼ਾਂ ਨੂੰ ਤੋੜ ਕੇ। ਆਏ ਅਗਰੀ ਕਿ ਕੋਰ ਮੂਵਮੈਂਟ ਵਾਲੇ ਬਹੁਤ ਵਧੀਆ ਸਟੈਪ ਲੈ ਰਹੇ ਆ, ਉਹ ਕਰ ਰਹੇ ਆ, ਚੰਗੀ ਗੱਲ ਆ, ਬਟ ਮੇਰੀ ਉਹਨਾਂ ਨੂੰ ਇਹ ਰਿਕੁਐਸਟ ਆ, ਸਾਰੀ ਕੁੜੀ ਜੇ ਤੁਸੀਂ ਲੱਗੀਆਂ ਇਨਸਾਫ ਦਿਵਾਉਣ ਤਾਂ ਫਿਰ ਸਾਰੀਆਂ ਕੁੜੀਆਂ ਦੇ ਨਾਲ ਸੇਮ ਕਰੋ, ਇਹ ਨਹੀਂ ਕਿ ਜੇ ਕੋਈ ਆਰਟਿਸਟ ਆ ਤਾਂ ਤੁਸੀਂ ਸਿਰਫ ਉਹਨੂੰ ਹੀ ਹਾਈਲਾਈਟ ਕਰੋ। ਮੇਰਾ ਕੱਲ੍ਹ ਜਿਹੜੀ ਮੇਰੀ ਮੈਨੇਜਮੈਂਟ ਨੇ ਪੋਸਟ ਡਿਲੀਟ ਕੀਤੀ, ਉਹਨਾਂ ਨੇ ਮੈਨੂੰ ਵੀ ਠੀਕ ਆ, ਮੈਂ ਪਹਿਲਾਂ ਕੋਰ ਮੂਵਮੈਂਟ ਦਾ ਪੂਰਾ ਪੇਜ ਨਹੀਂ ਦੇਖਿਆ, ਮੈਂ ਦੇਖਿਆ ਤਾਂ ਮੈਨੂੰ ਇਹ ਚੀਜ਼ ਕਿਤੇ ਨਾ ਕਿਤੇ ਰਿਲਾਈਜ਼ ਹੋਈ ਕਿ ਯਾਰ ਜ਼ਰੂਰੀ ਥੋੜ੍ਹੋ ਆ ਕਿ ਹਮੇਸ਼ਾ ਆਰਟਿਸਟ ਹੀ ਇੱਦਾਂ ਦਾ ਕੁਛ ਕਰਦੇ ਆ। ਮੈਂ ਇੱਕ ਆਰਟਿਸਟ ਹਾਂ, ਮੇਰੇ ਨਾਲ ਕਿਸੇ ਨੋਰਮਲ ਬੰਦੇ ਨੇ ਕੁਛ ਨਾ ਕੁਛ ਇੱਦਾਂ ਦਾ ਕੀਤਾ, ਮੈਂ ਕਿੱਥੇ ਜਾਵਾਂ ਫਿਰ? ਮਤਲਬ ਫਿਰ ਆਰਟਿਸਟ ਹੀ ਗਲਤ ਹੁੰਦੇ ਆ, ਜਾਂ ਸਿਰਫ ਉਹ ਲੋਕ ਗਲਤ ਹੁੰਦੇ ਆ ਜਿਨ੍ਹਾਂ ਕੋਲ ਇੱਕ ਨੇਮ ਹੈਗਾ, ਫੇਮ ਹੈਗਾ? ਯਾਰ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ, ਜੇ ਉਹਨਾਂ ਦਾ ਘਰ ਜੁੜਦਾ ਪਿਆ, ਉਹ ਜੇ ਕੋਸ਼ਿਸ਼ ਕਰ ਲੈਣ ਆਪਦਾ ਘਰ ਜੁੜਨ ਦੀ, ਅਗਲਿਆਂ ਦਾ ਘਰ ਜੁੜਵੇ ਤਾਂ ਜੁੜ ਲੈਣ ਦਿਉ ਨਾ, ਅਸੀਂ ਵਿੱਚ ਐਵੇਂ ਬੋਲੀ ਜੀਏ ਨਜਾਇਜ਼ੀ। ਹੁਣ ਜਿਹਨੇ ਜੋ ਸਵਾਲ ਪੁੱਛਣੇ ਆ, ਖਾਸ ਕਰਕੇ ਜਿਹੜੀਆਂ ਕੁੜੀਆਂ ਮੈਨੂੰ ਵਿੱਚ ਬੋਲ ਰਹੀਆਂ ਨਾ, ਜਾਂ ਜਿਹੜੀਆਂ ਕੁੜੀਆਂ ਕਹਿ ਰਹੀਆਂ ਕਿ ਤੁਸੀਂ ਅੰਬਰ ਦੀ ਸਪੋਰਟ ਨਹੀਂ ਕਰ ਰਹੇ, ਯਾਰ ਇੱਦਾਂ ਦਾ ਕੁਛ ਨਹੀਂ ਹੈਗਾ, ਸੀਰੀਅਸਲੀ ਆਮ ਸਪੋਰਟਿੰਗ ਹਰ, ਜਦੋਂ ਮਰਜ਼ੀ ਪੁੱਛਿਓ ਉਹਨਾਂ ਨੂੰ,
ਮੈਂ ਸਪੋਰਟ ਕਰ ਰਹੀ ਹਾਂ। ਜੇ ਉਹ ਕੁੜੀ ਨਾਲ ਕਿਤੇ ਵੀ ਕੁਛ ਵੀ ਗਲਤ ਹੁੰਦਾ, ਮੈਂ ਕਦੇ ਇਸ ਚੀਜ਼ ਲਈ ਨਹੀਂ ਕਿ ਹਾਂਜੀ ਕਿ ਮੈਂ ਦਿਲਪ੍ਰੀਤ ਵੀਰੇ ਨਾਲ ਕੰਮ ਕੀਤਾ ਮੈਨੂੰ ਇੰਡਸਟਰੀ ਕੀ ਕਹੂਗੀ, ਯੇ ਵੋ, ਕਈ ਜਾਣ ਦਿਓ। ਮੈਂ ਬਿਲਕੁਲ ਉਹਨਾਂ ਦੀ ਸਪੋਰਟ ਕਰ ਰਹੀ ਹਾਂ, ਬਟ ਜੇ ਮੈਂ ਆਪਣਾ ਪੱਖ ਦੇਖਾਂ ਨਾ ਕਿ ਮੈਂ ਦਿਲਪ੍ਰੀਤ ਵੀਰੇ ਨਾਲ ਕੰਮ ਕੀਤਾ ਕਿ ਕੀ ਯਾਰ, ਉਹ ਬੰਦੇ ਨੇ ਮੈਨੂੰ ਕਦੇ ਕੁਛ ਕਿਹਾ? ਕਦੇ ਵੀ ਨਹੀਂ ਕਿਹਾ। ਮੇਰੀ ਫੈਮਿਲੀ, ਮਤਲਬ ਉਹਨੇ ਕਦੇ ਮੈਨੂੰ ਭੈਣ ਤੋਂ ਬਿਨਾਂ ਗੱਲ ਨਹੀਂ ਕੀਤੀ ਅੱਜ ਤੱਕ। ਮੈਂ ਕਿਉਂ ਕਿਸੇ ਲਈ ਮਾੜਾ ਬੋਲਾਂ? ਉਹਨਾਂ ਨੇ ਗਲਤੀ ਕੀਤੀ ਉੱਥੇ, ਠੀਕ ਆ ਯਾਰ, ਹੁਣ ਚਾਹੇ ਮੈਂ ਵੀ ਹਾਂ, ਮੈਨੂੰ ਵੀ ਹਰ ਕੋਈ ਲਾਈਕ ਨਹੀਂ ਕਰਦਾ ਹੋਊਗਾ। ਮੈਨੂੰ ਇੱਥੇ ਜੇ 100 ਆ ਤਾਂ 100 ਚੋਂ 10 ਬੰਦੇ ਇੱਦਾਂ ਦੇ ਹੋਣਗੇ ਜਿਨ੍ਹਾਂ ਨੂੰ ਮੈਂ ਪਸੰਦ ਹੀ ਨਹੀਂ ਹੋਊਂਗੀ, ਬਿਲਕੁਲ ਹੀ ਨਹੀਂ ਪਸੰਦ ਹੋਊਂਗੀ, ਅਤੇ ਮੈਨੂੰ ਗਾਲਾਂ ਵੀ ਕੱਢਦੇ ਹੋਣਗੇ। ਅਤੇ ਤੁਹਾਨੂੰ ਕੀ ਲੱਗਦਾ ਕਿ ਅਸੀਂ ਇੱਥੇ ਧਰਤੀ 'ਤੇ ਸਿਰਫ ਇਹੀ ਚੀਜ਼ ਲਈ ਜੰਮਿਆ ਕਿ ਸਾਨੂੰ 100 ਚੋਂ 100 ਹੀ ਪਸੰਦ ਕਰਨਗੇ, ਜਾਂ ਅਸੀਂ ਕਦੇ ਲਾਈਫ ਦੇ ਵਿੱਚ ਕੋਈ ਗਲਤੀਆਂ ਨਹੀਂ ਕੀਤੀਆਂ ਹੋਣਗੀਆਂ? ਯਾਰ ਜੇ ਕੋਈ ਆਪਣੀ ਗਲਤੀ ਕਰਕੇ ਉਹ ਚੀਜ਼ ਨੂੰ ਸੁਧਾਰ ਰਿਹਾ ਆ, ਲੈਟ ਦੈਮ ਡੂ, ਉਹਨਾਂ ਨੂੰ ਸੁਧਾਰਨ ਦਿਓ, ਫਿਰ ਅਸੀਂ ਵਿੱਚ ਕਿਉਂ ਵੜੀ ਜਾਈਏ? ਤੁਸੀਂ ਜੀ ਕੌਰ ਮੂਵਮੈਂਟ ਵਾਲੀ ਪੋਸਟ ਡਿਲੀਟ ਕਰਤੀ, ਤੁਸੀਂ ਅੰਬਰ ਨੂੰ ਸਪੋਰਟ ਨਹੀਂ ਕਰਦੇ ਪਏ, ਤੁਸੀਂ ਦਿਲਪ੍ਰੀਤ ਗਲਤ ਆ, ਤੁਸੀਂ ਉਹਨੂੰ ਸਪੋਰਟ ਕਰ ਰਹੇ ਆ, ਤੁਹਾਨੂੰ ਤੁਹਾਡਾ ਨਾਮ ਪਿਆਰਾ ਆ, ਤੁਸੀਂ ਇੰਡਸਟਰੀ ਕਰਕੇ ਲਾਈਕ ਕੁਛ ਵੀ, ਤੁਹਾਡਾ ਜੋ ਦਿਲ ਕਰੂਗਾ ਤੁਸੀਂ ਬੋਲੋਗੇ। ਯਾਰ ਮੇਰੀ ਵੀ ਫੈਮਿਲੀ ਆ, ਮੇਰੇ ਭਰਾ ਵੀ ਦੇਖਦੇ ਆ ਸਾਰਾ ਕੁਛ, ਜੋ ਤੁਸੀਂ ਜਿਹਦਾ ਦਿਲ ਕਰਦਾ ਤੁਸੀਂ ਭਕਾਈ ਮਾਰੀ ਜਾਂਦੇ ਹੋ ਪੋਸਟਾਂ ਦੇ ਵਿੱਚ, ਜਿਹਦਾ ਦਿਲ ਕਰਦਾ ਤੁਸੀਂ ਬੇਫਜ਼ੂਲ ਦੇ ਮੈਸੇਜ ਕਰੀ ਜਾਂਦੇ ਹੋ। ਭਰਾ ਆ ਉਹ ਮੇਰਾ, ਲਾਈਕ ਮੇਰੀ ਫੈਮਿਲੀ ਆ। ਮੈਂ ਅੰਬਰ ਭਾਬੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ, ਮੈਂ ਦਲਪ੍ਰੀਤ ਵੀਰੇ ਨੂੰ ਬਹੁਤ ਵਧੀਆ ਤਰੀਕੇ ਨਾਲ ਜਾਣਦੀ, ਅੱਜ ਤੱਕ ਮੈਂ ਉਹਨਾਂ ਦੇ ਮੂੰਹੋਂ ਕਦੇ ਕੁਛ ਵੀ ਮਾੜਾ ਨਹੀਂ ਸੁਣਿਆ ਇੱਕ ਦੂਜੇ ਦੇ ਲਈ। ਮੈਂ ਕਿਸੇ ਨੂੰ ਕੀ ਕਹਾਂ, ਮੈਨੂੰ ਇੰਡਸਟਰੀ ਨੇ ਕਦੇ ਇੱਦਾਂ ਉਂਗਲ ਚੱਕ ਕੇ ਨਹੀਂ ਕੁਛ ਵੀ ਕਿਹਾ, ਠੀਕ ਆ, ਮੇਰੀ ਪਿੱਠ ਪਿੱਛੇ ਕੋਈ ਕੀ ਬੋਲਦਾ ਮੈਂ ਕਦੇ ਪਰਵਾਹ ਨਹੀਂ ਕੀਤੀ ਹੈਗੀ। ਜਦੋਂ ਮੈਂ ਸਟਰਗਲ ਕਰਦੀ ਸੀ ਉਦੋਂ ਮੈਨੂੰ ਬੜੇ ਤਰ੍ਹਾਂ ਦੇ ਲੋਕ ਮਿਲੇ, ਆਈ ਅਗਰੀ, ਬਟ ਮੈਂ ਹੁਣ ਤੱਕ ਜਿੰਨਿਆਂ ਨਾਲ ਕੰਮ ਕੀਤਾ ਮੇਰੇ ਨਾਲ ਸਾਰੇ ਵਧੀਆ ਰਹੇ ਆ। ਜੇ ਮੈਨੂੰ ਕੋਈ ਕੁਛ ਕਹੂਗਾ ਤਾਂ ਮੈਂ ਤਾਂ ਸਿੱਧੀ ਹੋਈ ਹਾਂ, ਮੈਂ ਤਾਂ ਬੋਲ ਹੀ ਦੇਣਾ, ਉਹਨਾਂ ਨੂੰ ਪਤਾ ਮੇਰੇ ਸੁਭਾਅ ਦਾ। ਸੋ ਮੇਰੀ ਸਾਰਿਆਂ ਨੂੰ ਰਿਕੁਐਸਟ ਆ ਯਾਰ, ਜੇ ਕੋਈ ਆਪਣਾ ਘਰ ਬਚਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦਾ ਆ ਤਾਂ ਉਹਨਾਂ ਨੂੰ ਕਰ ਲੈਣ ਦਿਓ ਨਾ। ਅਸੀਂ ਐਵੇਂ ਵਿੱਚ ਟੰਗ ਅੜਾਈ ਜਾਈਏ, ਅਸੀਂ ਐਵੇਂ ਲੋਕਾਂ ਨੂੰ ਇੱਥੇ ਮਸਾਲਾ ਦੇਈ ਜਾਈਏ ਨਿਊਜ਼ ਬਣਾਉਣ ਦੇ ਲਈ। ਇੱਥੇ ਬਹੁਤ ਲੋਕ ਇੱਦਾਂ ਦੇ ਵੀ ਹੋਣਗੇ ਜਿਨ੍ਹਾਂ ਨੇ ਆਪ ਪਤਾ ਨਹੀਂ ਕਿੰਨੀਆਂ ਗਲਤੀਆਂ ਕੀਤੀਆਂ ਹੋਣੀਆਂ ਅਤੇ ਕਦੇ ਮੰਨਿਆ ਵੀ ਨਹੀਂ ਹੋਣਾ ਕਿ ਹਾਂਜੀ ਅਸੀਂ ਗਲਤੀ ਕੀਤੀ ਆ ਅਤੇ ਇੱਥੇ ਆ ਕੇ ਬੋਲ ਰਿਹਾ ਜੀ ਉਹਦੀ ਗਲਤੀ। ਯਾਰ ਅਗਰ ਕੋਈ ਬੰਦਾ ਆਪਦੀ ਗਲਤੀ ਕਰਕੇ ਉਸ ਚੀਜ਼ ਨੂੰ ਕਨਫੈਸ ਕਰ ਰਿਹਾ ਆ, ਉਹਨੂੰ ਸੁਧਾਰਨਾ ਚਾਹੁੰਦਾ, ਤਾਂ ਉਹਨੂੰ ਕਰਨ ਦਿਓ ਨਾ ਜੋ ਕਰਦਾ, ਉਹਦੀ ਲਾਈਫ ਆ ਨਾ, ਅਸੀਂ ਕੌਣ ਹੁੰਦੇ ਹਾਂ ਵਿੱਚ ਜੋ ਮਰਜ਼ੀ ਬੋਲਣ ਵਾਲੇ। ਸੋ ਮੇਰੀ ਸਾਰਿਆਂ ਨੂੰ ਰਿਕੁਐਸਟ ਆ, ਕੌਰ ਮੂਵਮੈਂਟ ਨੂੰ ਵੀ ਮੈਂ ਇਹੀ ਚੀਜ਼ ਕਹਿੰਦੀ ਹਾਂ ਕਿ ਤੁਸੀਂ ਮਿਹਰਬਾਨੀ ਕਰਕੇ ਕੋਸ਼ਿਸ਼ ਇਹ ਕਰਿਆ ਕਰੋ, ਐਕਸਪੋਜ਼ ਕਰ ਰਹੇ ਹੋ ਕਰੋ, ਡੈਫੀਨੇਟਲੀ ਕਰੋ, ਬਟ ਯਾਰ ਇਸ ਤੋਂ ਪਹਿਲਾਂ ਇਹ ਵੀ ਨਾਲ ਹੀ ਕੋਸ਼ਿਸ਼ ਰੱਖਿਆ ਕਰੋ ਕਿ ਕੀ ਅਗਲੇ ਦਾ ਘਰ ਜੁੜ ਸਕਦਾ, ਤੁਹਾਨੂੰ ਜੋੜੋ। ਰਿਸ਼ਤੇ ਬਹੁਤ ਵਧੀਆ ਹੁੰਦੇ ਆ, ਹੈ ਨਾ, ਮੇਰੇ ਨਾਲ ਵੀ ਆਪਦੇ ਨਾਲ ਇੱਕ ਪੁਆਇੰਟ 'ਤੇ ਕਿਤੇ ਨਾ ਕਿਤੇ ਕੁਛ ਚੀਜ਼ਾਂ ਹੋਈਆਂ, ਸ਼ਾਇਦ ਮੈਂ ਨਹੀਂ ਬੋਲਣਾ ਚਾਹੁੰਦੀ ਅਤੇ ਮੈਂ ਬੋਲ ਵੀ ਨਹੀਂ ਸਕਦੀ ਗੀ, ਅਤੇ ਮੈਂ ਬੋਲਣਾ ਵੀ ਨਹੀਂ ਚਾਹੁੰਦੀ, ਅਤੇ ਮੈਂ ਤਾਂ ਇੱਦਾਂ ਦੀ ਹਾਂ ਨਾ, ਮੇਰੇ ਨਾਲ ਕੋਈ ਜਿੰਨਾ ਮਰਜ਼ੀ ਮਾੜਾ ਕਰਜੇ, ਮੈਂ ਸਿਰਫ ਇੱਕ ਚੀਜ਼ ਸੋਚਦੀ ਹਾਂ ਕਿ ਯਾਰ ਆਪਾਂ ਰਿਵੈਂਜ ਨਹੀਂ ਲੈਣਾ, ਬਾਬਾ ਬੈਠਾ ਉੱਤੇ, ਉਹਨੇ ਆਪੇ ਹੀ ਸਾਰਿਆਂ ਦਾ ਇਨਸਾਫ ਇੱਥੇ ਕਰ ਦੇਣਾ। ਜਿਨ੍ਹਾਂ ਨੂੰ ਬੋਲਣਾ ਚਾਹੀਦਾ ਉਹ ਬੋਲਦੇ ਨਹੀਂ ਪਏ ਹੈਗੇ ਵਿੱਚ, ਤੁਸੀਂ ਐਵੇਂ ਆਪਦੀਆਂ ਟਿੰਡ ਫੋੜੀਆਂ ਜੀਆਂ ਚੱਕ ਕੇ ਮੈਨੂੰ ਫਾਲਤੂ ਦੇ ਮੈਸੇਜ ਕਰੀ ਜਾਂਦੇ ਹੋ ਬੇਫਜ਼ੂਲ ਦੇ ਵਿੱਚ, ਜਿਹਦਾ ਕੋਈ ਸਿਰ ਨਹੀਂ ਕੋਈ ਪੈਰ ਨਹੀਂ। ਪਤਾ ਕੀ ਹੁੰਦੀ ਆ ਗੱਲ, ਇੱਦਾਂ ਹੁੰਦੀ ਆ ਜਦੋਂ ਆਪਣੇ ਘਰ 'ਚ ਚੀਜ਼ਾਂ ਹੁੰਦੀਆਂ ਨਾ ਤਾਂ ਲੋਕਾਂ ਨੂੰ ਹੁੰਦਾ ਕਿ ਆਪਣੇ ਘਰ ਤੋਂ ਵੀ ਬਾਹਰ ਨਾ ਜਾਣ, ਤਾਂ ਜਦੋਂ ਕਿਸੇ ਆਰਟਿਸਟ ਨਾਲ ਉਹ ਚੀਜ਼ਾਂ ਹੋ ਜਾਂਦੀਆਂ ਨਾ
ਤਾਂ ਲੋਕ ਉਹਦਾ ਸਵਾਦ ਲੈਣ ਲੱਗ ਜਾਂਦੇ, ਕਿਉਂ ਬਈ ਸਾਡੇ ਘਰ ਨਹੀਂ ਹੁੰਦੇ, ਸਾਡੀਆਂ ਫੈਮਲੀਆਂ ਨਹੀਂ ਹੁੰਦੀਆਂ, ਤੁਹਾਡੀਆਂ ਫੈਮਲੀਆਂ, ਤੁਹਾਡੀਆਂ ਮਾਵਾਂ ਧੀਆਂ, ਤੁਹਾਡੇ ਭੈਣ ਭਰਾ ਕੁਛ ਜ਼ਿਆਦਾ ਹੁੰਦੇ ਆ। ਅਤੇ ਜਿਹੜੇ ਵਿੱਚ ਦੰਦੀਆਂ ਕੱਢ ਰਹੇ ਆ ਨਾ ਪੁੱਤ, ਕੋਈ ਨਹੀਂ, ਜਿੱਦਣ ਆਪਦੇ ਘਰਾਂ ਦੇ ਵਿੱਚ ਆਹ ਚੀਜ਼ਾਂ ਹੋਣਗੀਆਂ ਨਾ ਉੱਦਣ ਦੇਖਿਓ। ਕਿਸੇ ਦੀ ਮਜਬੂਰੀ ਦਾ ਇੰਨਾ ਵੀ ਫਾਇਦਾ ਨਾ ਚੱਕੋ। ਬਜਾਜ 9279 ਤੇ ਮੈਂ ਹੁਣ ਬੋਲਾਂ ਨਾ ਤਾਂ ਤੇਰੇ ਵਰਗਿਆਂ ਦੀਆਂ ਇੱਥੇ ਬਹਿ ਕੇ ਗੱਲਾਂ ਸੁਣਾ ਬੇਫਜ਼ੂਲ ਦੇ ਵਿੱਚ, ਆ ਫੇਕ ਆਈਡੀਆਂ ਜਿਹੀਆਂ ਬਣਾ ਕੇ ਨਾ ਮੈਨੂੰ ਮੈਸੇਜ ਨਾ ਕਰਿਆ ਕਰੋ। ਏਡਾ ਹੀ ਜਿਗਰਾ ਰੱਖਦੇ ਆ ਤਾਂ ਸਿੱਧਾ ਫੋਨ ਕਾਲ ਲਾਇਆ ਕਰੋ, ਮੇਰੀ ਮੈਨੇਜਮੈਂਟ ਦਾ ਨੰਬਰ ਹੈਗਾ ਤੁਹਾਡੇ ਕੋਲ। ਜੇ ਕਿਸੇ ਦਾ ਘਰ ਜੁੜਦਾ ਉਹਨਾਂ ਨੂੰ ਜੋੜ ਲੈਣ ਦਿਓ, ਵਿੱਚ ਤਮਾਸ਼ਾ ਨਾ ਬਣਾਓ ਉਸ ਚੀਜ਼ ਦਾ। ਇੰਨਾ ਕੁ ਤੁਸੀਂ ਮੈਨੂੰ ਸਟ੍ਰੈਸਡ ਕਰਤਾ ਆ ਕਿ ਮੈਂ ਸੋਚਾਂ ਕਿ ਮੈਂ ਆਪਦਾ ਇੰਸਟਾ ਹੀ ਬੰਦ ਕਰਾਂ, ਆਪਦੀ ਸਨੈਪਚੈਟ ਬੰਦ ਕਰਾਂ, ਜਾਂ ਆਪਦਾ ਫੋਨ ਬੰਦ ਕਰਾਂ। ਆ ਵਿੱਚ ਦੰਦੀਆਂ ਤਾਂ ਨਾ ਕੱਢੋ। ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਜਿਨ੍ਹਾਂ ਦੇ ਨਾਲ ਆਪਦੇ ਨਾਲ ਜਿੱਦਣ ਤੁਹਾਡੇ ਘਰਾਂ ਦੇ ਵਿੱਚ ਆ ਚੀਜ਼ਾਂ ਹੋਣਗੀਆਂ ਨਾ, ਪਤਾ ਤੁਹਾਨੂੰ ਉੱਦਣ ਲੱਗਣਾ। ਲੋਕਾਂ ਦੇ ਉੱਤੇ ਗੱਲਾਂ ਬਣਾਉਣੀਆਂ, ਲੋਕਾਂ ਦੇ ਉੱਤੇ ਉਂਗਲਾਂ ਚੱਕਣੀਆਂ, ਲੋਕਾਂ ਨੂੰ ਬੋਲਣਾ ਬਹੁਤ ਸੌਖਾ। ਆਏ ਅਗਰੀ, ਮੈਂ ਇੱਥੇ ਹੁਣ ਵੀ ਐਗਰੀ ਕਰ ਰਹੀ ਹਾਂ ਕਿ ਅੰਬਰ ਭਾਬੀ 110% ਸਹੀ ਆ, ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਵਿੱਚ, ਠੀਕ ਆ। ਦਿਲ ਹੈਗੀ ਆ, ਅਤੇ ਯਾਰ ਜਿਹੜਾ ਅਤੇ ਜਿਹੜਾ ਬੰਦਾ ਗਲਤੀ ਨੂੰ ਮੰਨ ਰਿਹਾ ਉਹਨਾਂ ਨੂੰ ਮੰਨ ਲੈਣ ਦਿਓ। ਓਕੇ ਜੀ, ਸਤਿ ਸ਼੍ਰੀ ਅਕਾਲ। ਅਤੇ ਹੁਣ ਜੇ ਮੈਨੂੰ